ਤੇਰੀ ਆਸ ਤੇ ਚੁੱਕਿਆ ਕਦਮ ਪਹਿਲਾ, ਤੇਰੇ ਨਾਮ ਨੂੰ ਸ਼ਰਮਾ ਸਾਰੀਆਂ ਨੇ, ਤੇਰੀ ਮੁਸ਼ਕਿਲ ਕੁਸ਼ਾਈ ਤੇ ਨਾਸ ਕਰਕੇ ਬਿਲਕੁਲੋਂ ਉਡਾਰੀਆਂ ਮਾਰੀਆਂ ਨੇ, ਤੇ ਬਿਨਾਂ ਦੁੱਧ ਖੀਰ ਨਹੀਂ ਪੱਕਦੀ ਅਸਾਂ ਕੀਤੀਆਂ ਕੋਸ਼ਿਸ਼ਾਂ ਸਾਰੀਆਂ ਨੇ, ਤੇ ਜਿਹਨੇ ਮਾਂ ਪਿਓ ਵੱਲ ਕੰਢ ਕੀਤੀ ਉਹਨੇ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ ਤੇ ਨਾਲ ਤਾੜੀਆਂ ਵੀ ਮਾਰੀਆਂ। ਫੈਸਲਾਬਾਦ ਮੁਨਰਵਰ ਥੀਏਟਰ ਵੱਲੋਂ ਸਾਡੇ ਆਉਣ ਵਾਲੇ ਜਿੰਨੇ ਵੀ ਮਹਿਮਾਨ ਸਾਡੇ ਭਾਈ ਤਸ਼ਰੀਫ ਲੈ ਗਏ, ਉਹਨਾਂ ਨੂੰ ਸਭ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਬਾਦ। ਅਤੇ ਇਸ ਈਦ ਦੀ ਖੁਸ਼ੀ ਦੇ ਵਿੱਚ ਇੱਕ ਵੱਡੀ ਭਰਪੂਰ ਕਲੈਪ ਹੋਣੀ ਚਾਹੀਦੀ ਤਾਂ ਕਿ ਡਰਾਮੇ ਦਾ ਬਾਕਾਇਦਾ ਆਗਾਜ਼ ਹੋ ਸਕੇ। ਅੱਲਾ ਖੈਰ ਕਰੇ, ਜਦੋਂ ਤੇ ਜਨਾਬ ਉਸਤਾਦ ਰਹੀਮ ਖਾਨ ਸਾਹਿਬ ਦੇ ਸ਼ਾਗਿਰਦ ਹੋਏ ਹਾਂ ਅਸੀਂ, ਅੱਲਾ ਦੀ ਮਿਹਰਬਾਨੀ ਦੇ ਨਾਲ ਇੰਨਾ ਅੱਛਾ ਗਾਉਣ ਲੱਗ ਪਏ ਹਾਂ ਕਿ ਆਊਟ ਆਫ ਕੰਟਰੀ ਦੇ ਵਿੱਚ ਦੂਜੇ ਸ਼ਹਿਰਾਂ ਦੇ ਵਿੱਚੋਂ ਮਾਸ਼ਾਅੱਲਾ ਪਰਫਾਰਮ ਕਰਨ ਵਾਸਤੇ ਸਾਨੂੰ ਫੋਨ ਆ ਰਹੇ ਨੇ, ਅਤੇ ਅਸੀਂ ਦੁਨੀਆ 'ਚ ਫਿਰ ਰਹੇ ਹਾਂ ਅਤੇ ਪੈਸੇ ਕਮਾ ਰਹੇ ਹਾਂ ਅਤੇ ਸੁਰੀਲੇ ਸਿੰਗਰ ਹੋ ਗਏ ਹਾਂ। ਇੱਕ ਇੱਧਰ ਦੇਖ ਲਓ ਜੀ ਉਸਤਾਦ ਹਨੀ ਸਿੰਘ, ਜਿਹੜੇ ਬਿਲਕੁਲ ਪੌਪ ਸਿੰਗਿੰਗ ਦਾ ਕੰਮ ਕਰਦੇ, ਬਲਕਿ ਨਾ ਪਾਕ ਸਿੰਗਿੰਗ ਦਾ ਕੰਮ ਹੋਣ ਡਿਆ, ਕਿਉਂਕਿ ਨਾ ਗਾਉਣ ਦੀ ਤਮੀਜ਼, ਨਾ ਵਜਾਉਣ ਦੀ ਤਮੀਜ਼, ਨਾ ਨੱਚਣ ਦੀ ਤਮੀਜ਼। ਇੱਕ ਬਾਂਦਰ ਦੀ ਸ਼ਕਲ ਵਾਲਾ ਇਹਨਾਂ ਦਾ ਸ਼ਗੀਰ ਦਾ ਬਹੁਤ ਬੁਰਾ, ਤੁਹਾਨੂੰ ਹੁਣੀ ਬੁਲਾਉਂਦੇ, ਹੁਣੀ ਦਿਖਾਉਂਦੇ, ਉਹ ਕਿੱਥੇ ਰਹਿ ਗਿਆ ਓਏ। ਮੈਂ ਤਾਂ ਜਿਹੜੀ ਸ਼ੈ ਜਿਹੜੀ ਇਹਨੇ ਕਿਉਂ ਨਹੀਂ ਲਗਾਉਂਦਾ ਤੇ ਕਿਉਂ ਨਹੀਂ ਕਢਾਉਂਦਾ? ਪੌਪ ਸਿੰਗਰ। ਕਿਹੜਾ ਸਿੰਗਰ? ਪੌਪ। ਪੌਪ ਨਹੀਂ, ਨਾ ਪੌਪ ਸਿੰਗਰ। ਮੇਰੇ ਉਸਤਾਦ ਦੇ ਮੋਹਤਰਮ, ਮੇਰੇ ਦਾਦਾ ਜੀ ਇਹ ਵਾਲੇ ਸਿੱਧੂ ਮੂਸੇ ਵਾਲਾ। ਕਿਹੜਾ? ਸਮੋਸੇ ਵਾਲਾ। ਤੇਰੀ ਭੈਣ ਨੇ ਰੋਜ਼ਾ ਖੋਲਣਾ। ਕਿਹੜਾ ਸਮੋਸੇ ਵਾਲਾ? ਮੂਸੇ ਵਾਲਾ। ਅੱਛਾ, ਇਹ ਮੂਸੇ ਵਾਲਾ ਤੇ ਤੂੰ? ਆਹੋ ਇੱਧਰ ਆ ਗਿਆ। ਇੱਧਰ ਕੀ ਗੱਲ? ਭੈਣ ਨਾ ਹੁੰਦੀ ਤੇਰੀ। ਪੜ੍ਹ ਲਿਖੇ ਹੋ? ਹਾਂਜੀ। ਸਿਗਰਟ ਪੀ ਕੇ ਧੂੰਆਂ ਕੱਢ ਲੈਂਦੇ? ਮੈਂ ਤੇ ਤੇਰੀ ਭੈਣ ਕੱਢਣ ਨੂੰ ਫਿਰਨ ਨੇ, ਸਿਗਰਟ ਪੀ ਕੇ ਧੂੰਆਂ ਮੈਂ ਕੱਢ ਲੈਣਾ? ਤੇ ਭੈਣ ਦੇ ਕਮਰੇ ਚੋਂ ਬੰਦੇ ਨੀ ਕੱਢਣ ਦੇ? ਰਸ਼ ਪਾਇਆ। ਉਹ ਮੈਂ ਕਹਿੰਦਾ ਤੇਰਾ ਹੋਰ ਥੋੜਾ ਜਿਹਾ ਰਸ਼ ਪਾਈਏ, ਸਾਰੇ ਭੈਣ ਭਰਾ ਬਹਿ ਕੇ ਆਪਸ ਦੇ ਵਿੱਚ ਚਾਹ ਪਾਣੀ ਕਿੰਨੇ ਗੱਲਾਂ ਬਾਤਾਂ ਕਰਦੇ। ਬੜਾ ਤੇਜ਼ ਕੱਲ ਆਪਣੀ ਬੁੱਢੀ ਨੂੰ ਕਹਿੰਦਾ ਧੁੱਪ ਠੰਡਾ ਕਰ, ਉਹ ਇੱਥੇ ਪਤਾ ਪਾ ਕੇ ਫਿਰਨ ਲੱਗ। ਸੁਹਾਗ ਰਾਤ ਵਾਲੇ ਦਿਨ ਇਹਦੀ ਬੁੱਢੀ ਨੇ ਇਹਦੇ ਮੂੰਹ ਨੂੰ ਦੁੱਧ ਲਾਇਆ ਤੇ ਸਾਲਾ ਸੌਂ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਨੂੰ ਅੰਮੀ ਦੀ ਯਾਦ ਆ ਗਈ। ਕੱਲ ਮੈਂ ਉਹਦੇ ਘਰੇ ਗਿਆ, ਇਹਦੀ ਭੈਣ ਜੀ ਫਿਰ, ਮੈਂ ਕਿਹਾ ਇਹ ਕੀ? ਕਹਿੰਦਾ ਇਹਦੀ ਬੈਟਰੀ ਫੁੱਲੀ। ਆਪਣੀ ਬੁੱਢੀ ਨੂੰ ਕਿਸ ਕਰਕੇ ਕਹਿੰਦਾ ਜਾਨੂ ਤੇਰੇ ਮੂੰਹ 'ਚ ਤੇ ਦੰਦ ਹੀ ਹੈ ਨਹੀਂ? ਉਹ ਕਹਿੰਦੀ ਕੰਜਰਾ ਮੂੰਹ ਵਾਲੇ ਪਾਸੇ ਤੇ ਆ। ਇਹਦੀ ਸੁਭਾਗ ਰਾਤ ਤੇ ਆਪਣੀ ਬੁੱਢੀ ਨੂੰ ਕਹਿੰਦਾ ਜਾਨੂ ਤੈਨੂੰ ਚੱਕਰ ਚੜਾ ਦਵਾਂ? ਉਹ ਕਹਿੰਦੀ ਹਾਂ। ਸਾਲੇ ਨੇ ਦੋਵੇਂ ਲੱਤਾਂ ਚੁੱਕੀਆਂ ਵਿੱਚ ਸਵਾਰ ਰੱਖਤੀ। ਇਹਨੇ ਆ ਕੇ ਫਿਰ ਕੱਢ ਕੇ ਇੱਥੇ ਰੱਖੀ, ਕਹਿੰਦੀ ਬਾਜੀ ਇੱਥੇ ਰੱਖੀ ਦੀ ਹੈ। ਵਿਆਹ ਵਾਲੇ ਦਿਨ ਆਪਣੇ ਸਹੁਰੇ ਨਾਲ ਲੜ ਪਿਆ, ਕਹਿੰਦਾ ਮੈਂ ਤਾਂ ਜਹੇਜ਼ 'ਚ 125 ਲੈਣਾ। ਉਹਨੇ ਲਾ ਲਿਆ ਛਿੱਤਰ, ਕਹਿੰਦਾ ਕੰਜਰਾ ਪੂਰੇ ਮਹੱਲੇ ਦੀ ਟੈਕਸੀ ਦੇ ਦਿੱਤੀ ਆ। ਹਰ ਭੈਣ ਭਰਾ
ਹਰ ਭਰਾ ਆਪਣੀ ਭੈਣ ਨੂੰ ਨਹੀਂ ਦੇਵੇਗਾ 1000 ਰੁਪਈਆ 500 ਰੁਪਈਆ। ਈਦ ਤੇ ਨੇ ਆਪਣੀ ਭੈਣ ਨੂੰ ਰੱਸਾ ਲੈ ਦਿੱਤਾ, ਉਹ 3 ਦਿਨ ਰੱਸਾ ਟੱਪਦੀ ਰਹੀ, ਚੌਥੇ ਦਿਨ ਕਹਿੰਦਾ ਟੱਪ ਗਈ। ਇੱਕ ਪਠਾਣ ਨੂੰ ਕਹਿੰਦਾ ਖਾਨ ਸਾਹਿਬ ਫੀਮ ਦਿਓ, ਮੈਂ ਕਿਸੇ ਨੂੰ ਦੇਣੀ ਆ। ਉਹ ਕਹਿੰਦਾ ਸਾਲਿਆ ਫੀਮ ਖਾ ਕੇ ਦੇਣੀ ਤੇ ਮੈਨੂੰ ਦੇ। ਪਠਾਣ ਬੜੀ ਅੱਛੀ ਕੌਮ, ਬੜੀ ਪਿਆਰੀ ਤੇ ਬੜੀ ਭੋਲੀ। ਇੱਕ ਪਠਾਣ ਦਰਬਾਰ ਤੇ ਜਾ ਕੇ ਦੁਆ ਕਰ ਰਿਹਾ, ਯਾ ਅੱਲਾ ਕੋ 50 ਹਜ਼ਾਰ ਰੁਪਏ ਦਿਓ, ਯਾ ਅੱਲਾ ਕੋ 50 ਹਜ਼ਾਰ ਰੁਪਏ ਦਿਓ। ਉਧਰ ਇੱਕ ਪੰਜਾਬੀ ਆਇਆ ਕਹਿੰਦਾ ਯਾ ਅੱਲਾ ਮੈਨੂੰ 500 ਦਿਓ। ਪਠਾਣ ਕੋਲੋਂ 500 ਦੇ ਕੇ ਕਹਿ ਰਹੇ, ਚਲੋ ਚਲੋ ਰੇਟ ਨਹੀਂ ਖਰਾਬ ਕਰੋ ਚਲੋ। ਇੱਕ ਪਠਾਣ ਦੇ ਘਰ 2 ਜੁੜਵਾਂ ਬੱਚੇ ਪੈਦਾ ਹੋਏ। ਮੈਂ ਕਿਹਾ ਖਾਨ ਸਾਹਿਬ ਮੁਬਾਰਕ ਹੋ, ਅੱਲਾ ਨੇ ਆਪ ਕੋ 2 ਜੁੜਵਾਂ ਬੱਚੇ ਦੀ। ਕਹਿੰਦਾ ਬਈ ਉਹ ਥੱਕਾ ਇਸੇ ਲਈ, ਹਮਨੇ ਮੇਰੇ ਵਿਧਵਾ ਨੂੰ ਤਰਫ ਸੇ ਕੀ ਕਿਹਾ, ਸਾਰਿਆਂ ਵੱਧ ਵੱਧ ਗੱਲਾਂ ਕਰਦਾ ਤੂੰ, ਤੇਰੇ ਅਰਗੇ ਇੰਗਲੈਂਡ 'ਚ ਮੇਮਾ ਨੇ ਕੁੱਤੇ ਰੱਖੇ ਹੁੰਦੇ, ਸਿਰਫ ਇੱਕੋ ਹੀ ਕੰਮ ਨੇ। ਕਿਹੜੇ ਲਈ? ਟੋਬੀ ਯਸ। ਕਿੱਡਾ ਸੋਹਣਾ ਕੁੱਤਾ ਹੈ ਤੇ ਕੁੱਤਾ ਮੂੰਹ ਦੱਸਣ ਡੇ ਆ। ਹਾਂ ਮੈਂ ਕੁੱਤਾ ਤੇਰੀ ਭੈਣ ਨਾਲ ਸੁੱਤਾ। ਉਹ ਕਿੱਡਾ ਭੈਣ ਕੁੱਤਾ ਹੈ। ਆ ਮੈਂ ਕਿਹਾ ਇੱਧਰ ਤੇ ਆਓ, ਮੈਂ ਕਿਹਾ ਫਿਲਮਾਂ ਵੇਖਦੇ ਹੋ? ਹਾਂਜੀ ਹਾਂਜੀ। ਇਹ ਜਿਹੜਾ ਸੁਲਤਾਨ ਰਾਈ ਆ ਜੀ ਜੀ, ਮੈਂ ਸੁਣਿਆ ਤੇਰੀ ਭੈਣ ਬੜੀ ਬਾਈ ਹੈ। ਤੁਸੀਂ ਮੈਚ ਦੇਖਦੇ ਹੋ? ਹਾਂਜੀ ਮੈਂ ਖੇਡਦਾ ਵੀ ਆ। ਆ ਜਿਹੜਾ ਸ਼ਾਹ ਫਰੀਦੀ ਆ, ਆਹੋ ਆਹੋ। ਮੈਂ ਸੁਣਿਆ ਉਹਨੇ ਤੇਰੀ ਭੈਣ ਖਰੀਦੀ ਆ। ਇਹ ਮੈਂ ਕਿਹਾ ਜਿਹੜਾ ਅਕਸ਼ੇ ਕੁਮਾਰ ਆ, ਇਹ ਹਾਲਾਂਕਿ ਤੇਰੀ ਭੈਣ ਦਾ ਯਾਰ ਆ। ਸਾਡਾ ਉਹਨਾਂ ਦਾ ਲੈਣ ਦੇਣ ਬਹੁਣੀ ਕਰਨੀ ਹੁੰਦੀ ਆ ਖੋਤੀ ਦੀ ਆ ਪੁੱਤਾਂ। ਇਹ ਮੈਂ ਕਿਹਾ ਜਿਹੜਾ ਗਵਿੰਦਾ, ਤੇਰੀ ਅੰਮੀ ਉਹ ਤੋਂ ਬਹੁਤ ਸ਼ਰਮਿੰਦਾ। ਇਹ ਜਿਹੜਾ ਬਰਾਤ ਕੌਲੀ ਆ, ਆਹੋ ਆਹੋ। ਮੈਂ ਸੁਣਿਆ ਉਹਨਾਂ ਤੇਰੀ ਭੈਣ ਦੀ। ਇਹ ਮੈਂ ਕਿਹਾ ਜਿਹੜਾ ਮੱਥਨ ਚੱਕਰਵਰਤੀ ਆ, ਤੇਰੀ ਭੈਣ ਦਾ ਪਤੀ ਆ। ਇਹ ਜਿਹੜੀ ਸੁਸ਼ਮੀਤਾ ਸੈਨ, ਤੇਰੀ ਭੈਣ। ਇਹ ਮੈਂ ਕਿਹਾ ਜਿਹੜਾ ਮਹਿਮੂਦ ਖਾਨ ਅਚਕ ਜ਼ਈ ਆ, ਮੈਂ ਸੁਣਿਆ ਉਹਨੇ ਤੇਰੀ ਭੈਣ ਦੀ ਕਿੰਨੀ ਵਾਰੀ। ਉਹ ਭਾਈ ਸਲਾਹ ਲਈ ਆ, ਤੁਸੀਂ ਕਿੱਧਰ ਬਾਜੀ ਲੈ ਜਾਂਦੇ ਹੋ ਗੱਲ? ਅੱਛਾ ਈਦ ਕਿੰਨੀ ਕਮਾਈ ਆ ਐਤਕੀ, ਸਹੀ ਦੱਸੀ। ਤੇਰੀ ਬਾਜੀ ਨੇ ਤੈਨੂੰ ਦੱਸਿਆ ਨਹੀਂ ਕਿ ਤੇਰੇ ਭੈਣ ਰਾਤੀ ਦੇ ਕੇ ਗਏ ਆ? ਹਾਂ ਤੂੰ ਤਾਂ ਘਰੇ ਹੁੰਦਾ ਬਾਜੀ ਕਮਾਉਂਦੀ ਆ ਦੱਲੇ ਆ ਸਾਲੇ, ਤਾਂ ਹੀ ਤੇ ਸ਼ਕਲਾਂ ਕਾਲੀਆਂ ਹੋਈਆਂ ਲਾਂਤਾਂ ਪਈਆਂ। ਅਸਲਾਮ ਅਲੈਕੁਮ। ਓਏ ਵਾਲੇਕੁਮ ਸਲਾਮ, ਅੱਜ ਦਾ ਟਾਈਮ ਜਾ ਰਿਹਾ ਬਈ। ਠੀਕ ਠਾਕ, ਅੱਲਾ ਦਾ ਕਰਮ ਬੇਕ ਵਾ ਕੇ ਆਇਆ ਕਰ ਤੂੰ। ਐ ਤੂੰ ਮੈਨੂੰ ਇਹ ਦੱਸ, ਮੂੰਹ ਕਿਹੜਾ ਮੈਂ ਕਿਹੜਾ? ਆ ਮੈਂ ਕਾ ਤੂੰ ਭੈਣ ਨਹੀਂ ਆ ਲੈ ਕਹਿੰਦਾ, ਆ ਮੈਂ ਕਾ, ਆ ਮੈਂ ਕਾ ਤੂੰ। ਮਾਸ਼ਾਅੱਲਾ ਈਦ ਆ ਗਈ ਆ, ਈਦ ਆ ਗਈ, ਕਿੱਡਾ ਸੋਹਣਾ ਸਾਡਾ ਭਰਾ ਲੱਗਣ ਡਿਆ। ਮਾਸ਼ਾਅੱਲਾ, ਦੇਖੋ ਨਾ ਈਦ ਆਈ ਆ, ਹਰ ਬੰਦੇ ਨੇ ਕਟਿੰਗ ਕਰਾਈ ਆ, ਵਾਲ ਕਟਾਏ ਆ, ਇਸ ਬੰਦੇ ਨੇ ਲਵਾਏ ਆ। ਇਹ ਮੇਰੀ ਤੋਂ ਪਹਿਲਾਂ ਦੇ ਲਵਾਏ, ਤੈਨੂੰ ਬਾਅਦ ਚ ਪਤਾ ਲੱਗਾ। ਓਏ ਨੇਕ ਬੰਦਾ ਦਾ ਦੇਖ, ਇਹ ਕੱਲ ਆਪਣੀ ਬੁੱਢੀ ਨੂੰ ਕਹਿੰਦਾ ਜੇ ਮੇਰੇ ਨਾਲ ਬਾਜ਼ਾਰ 'ਚ ਜਾਣਾ ਨਾ ਬੰਦਿਆਂ ਨੂੰ ਤੁਰਿਆ ਕਰ, ਫਿਰ ਉਹਨੇ ਕਮੀਜ਼ ਲਈ ਮੋਢੇ ਤੇ ਰੱਖ ਲਈ, ਕਹਿੰਦੀ ਚੱਲ। ਇਹ ਤੇ ਏਡਾ ਯਕੀਨ ਕਰ, ਉਹ ਕੰਜੂਸ ਤੇ ਬੜਾ ਬੇਵਕੂਫ ਆਦਮੀ ਆ। ਅੱਛਾ ਹਾਂ ਤੂੰ ਚੁੱਪ ਆ, ਕਿਉਂਕਿ ਉਸ ਤੋਂ ਬਾਅਦ ਤੂੰ ਹੀ ਬੋਲਣਾ ਸੀ ਚੱਲ ਜਾਣਾ। ਸਾਲਿਆ ਤੁਹਾਨੂੰ ਆਪਣੀ ਬੋਲਿਆ ਕਿ ਤੂੰ ਕਿਸੇ ਨੂੰ ਬੋਲਣ ਨਹੀਂ ਦੇਣਾ। ਬੜਾ ਬੇਵਕੂਫ ਆਦਮੀ ਆ। ਆਪਣੀ ਬੇਗਮ ਨੂੰ ਕਹਿੰਦਾ ਜਾਨੂ ਜੇ ਮੈਂ ਹਕੂਮਤ 'ਚ ਹੁੰਦਾ ਮੈਂ ਹਕੂਮਤ ਬਦਲ ਦਿੰਦਾ। ਕਹਿੰਦੀ ਕੰਜਰਾ ਸ਼ਲਵਾਰ ਬਦਲ, ਰਾਤ ਦੀ ਮੇਰੀ ਪਾ ਕੇ ਫਿਰਨੇ ਆ। ਇਹ ਕੱਲ ਆਪਣੀ ਬੁੱਢੀ ਨੂੰ ਕਹਿੰਦਾ ਦੁੱਧ ਠੰਡਾ ਕਰ, ਫਿਰ ਉਹ ਇੱਥੇ ਬਰਫ਼ ਪਾ ਕੇ ਫਿਰਨ ਲੱਗ ਗਈ। ਇਹ ਤਾਂ ਤੂੰ ਪਹਿਲੇ ਵੀ ਕਿਹਾ ਸੀ, ਪਹਿਲਾਂ ਦੋਸ਼ ਹੋ। ਅਸਲ ਦੇ ਵਿੱਚ ਗੱਲ ਪਤਾ ਕੀ ਆ, ਤੁਹਾਡੇ ਚੋਂ ਮੇਰੇ ਉਸਤਾਦ ਦਾ ਸ਼ਾਗਿਰਦ ਕਿਹੜਾ ਵਾ? ਮੈਂ ਕਲਾਸਿਕਲ ਮੌਸੀਕੀ ਕਲਾਸ। ਤੁਸੀਂ ਇੱਧਰ ਇੱਧਰ, ਅਸੀਂ ਇੱਧਰ ਲੈ ਆ ਨੈਸ਼ ਚੀਜ਼ਾਂ ਇੱਧਰ ਆ। ਹੈ ਮੇਰੇ ਦਾਦਾ ਜੀ ਆਓ, ਇਹ ਵੱਡਾ ਘਰਾਨਾ ਉਸਤਾਦ ਰਹੀਮ ਖਾਨ ਸਾਹਿਬ, ਇਹ ਕੂੜ ਲੋਕ ਉਸਤਾਦ ਹਰੀ ਸਿੰਘ, ਮੈਂ ਉਸਤਾਦ ਵੀ ਨਹੀਂ ਕਹਿ ਸਕਦਾ। ਓਏ ਮੇਰਾ ਮਾਲਕ ਵੀ ਆ, ਮੇਰਾ ਉਸਤਾਦ ਵੀ ਆ, ਮੈਂ ਮੁਲਾਜ਼ਮ ਆ ਉਹਨਾਂ ਦਾ। ਇਹਦਾ ਇਹਨਾਂ ਦਾ ਹਰੀ ਸਿੰਘ ਦਾ? ਹਾਂਜੀ। ਇੱਧਰ ਦੇਖ ਰਹੀਮੇ ਖਾਨ, ਉਸਤਾਦ ਰਹੀਮ ਖਾਨ ਸਾਹਿਬ। ਅੱਛਾ ਉਸਤਾਦ ਸਲਾਮਤ ਅਲੀ ਖਾਨ,
ਉਸਤਾਦ ਗੁਲਾਮ ਅਲੀ ਬੜੇ ਖਾਨ ਸਾਹਿਬ ਇਹ ਉਹ ਲੋਕ ਹੋਏ ਨੇ ਜਿਹੜੇ ਪਹਾੜਾਂ ਦੇ ਉੱਤੇ ਬਹਿ ਕੇ ਗਾਉਂਦੇ ਸੀ, ਇੰਜ ਕਰਕੇ ਬਾਰਿਸ਼ਾਂ ਪੈਂਦੀਆਂ ਸੀ, ਠੰਡੀਆਂ ਹਵਾਵਾਂ ਚੱਲਦੀਆਂ ਸੀ। ਅੱਛਾ, ਹਾਂ ਇਹ ਉਹ ਦੁਨੀਆ ਹੋਈ ਆ। ਲੇਕਿਨ ਗੱਲ ਇਹ ਆ ਕਿ ਮੈਨੂੰ ਆਖਿਆ ਗਿਆ ਵਾ ਕਿ ਤੁਸੀਂ ਅਗਰ ਦੁਬਾਰਾ ਸ਼ਗਿਰਦ ਹੋਣਾ ਨਾ ਇਹਨਾਂ ਦੇ, ਹਾਂ, ਤੇ ਪੰਜ ਪੰਜ ਸੂਟ ਲੈ ਕੇ ਆਓ ਬੋਸਕੀ ਦੇ। ਅੱਛਾ, 10 10 ਕਿਲੋ ਮਠਿਆਈ ਤੇ 2 2 ਖੁਸੇ। ਅੱਛਾ ਜੀ, ਹਾਂਜੀ। ਵੈਸੇ ਸੂਟ ਮੈਂ 4 ਲੈ ਲਏ ਆ, 2 ਬੋਸਕੀ ਦੇ 2 ਲੱਠੇ ਦੇ। ਬੋਸਕੀ ਦੇ ਉੱਤੇ ਕਢਾਈ ਕਰਾਣ ਦਿੱਤੀ ਆ ਤੇ ਲੱਠੇ ਤੇ ਕਲਮਾ ਲਿਖਾਉਣ ਦਿੱਤਾ। ਇਹ ਕਿੰਨੇ ਸੂਟ ਕਿਹਾ? ਇੰਨੇ ਪੈਸੇ ਕਿੱਥੋਂ ਆ ਗਏ ਇਹਨਾਂ ਕੋਲ? ਕਿੰਨੇ ਸੂਟ ਕਿਹਾ? 10 ਸੂਟ। ਅਸੀਂ ਤੁਹਾਡੇ ਸ਼ਗਿਰਦ ਹੋਣਾ, ਤੁਹਾਡਾ ਜਵਾਈ ਨਹੀਂ ਬਣਨਾ। ਅੱਜਾ ਸ਼ਗਿਰਦ ਹੋਣਾ ਸਾਲਾ ਕਲਫੀ ਨਹੀਂ ਬੱਚਾ। ਮੇਰੀ ਗੱਲ ਸੁਣੋ, ਤੁਸੀਂ ਮਾਂ ਨਾਲ ਸੋਹਣਾ ਬੱਚਾ ਹੋਵੇ ਨਾ ਤੇ ਦਾਈ ਨੂੰ ਮਾਂ ਕਹਿੰਦੀ ਆ ਨਹੀਂ, 5000 ਦੇਣਾ ਐਡਾ ਸੋਹਣਾ ਬੱਚਾ ਹੋਇਆ ਤੇ ਜਦੋਂ ਇਹ ਪੈਦਾ ਹੋਇਆ ਦਾਈ ਵੀ ਚੁੱਪ, ਮਾਈ ਵੀ ਚੁੱਪ। ਇਹਦੀ ਮਾਂ ਦਾਈ ਨੂੰ ਕਹਿੰਦੀ ਕਿੰਨੇ ਪੈਸੇ? ਕਹਿੰਦੀ 9000। ਮੈਂ ਤੁਹਾਡੀਆਂ ਪੂਰੀਆਂ ਪੂਰੀਆਂ ਗੱਲਾਂ ਸੁਣੀਆਂ, ਬਾਹਰ ਖਲੋ ਕੇ ਲਾਂਦੀ ਨਾ ਹੋਣ ਤੇ। ਮੈਂ ਕਿਹਾ ਉਸਤਾਦ ਜੀ ਉਹ ਕਿੱਥੇ ਚੱਲ ਗਏ ਜੇ ਸਾਨੂੰ ਸ਼ਗਿਰਦ ਕਰ ਗਏ, ਬੇੜੇ ਗਰਕ ਕਰ ਗਏ ਸਾਡੇ। ਇਹ ਬਾਈ ਉਦਾਂ ਹੀ ਬਾਤ ਪਹੁੰਚਦੀ ਆ ਨਾ।